ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਟੀਵੀ ਬਹੁਤ ਜਿਹਾ ਕੰਮ ਕੀਤਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਮਾਨਯੋਗ ਜਿਹਦੇ ਅਫਸਰਾਂ ਦੇ ਹੁਕਮ ਮੁਤਾਬਕ ਜੀਤੀ ਸਾਹਿਬ ਜੀ ਦੇ ਡਿਸਟ੍ਰਿਕਟ ਸੈਕਟਰ ਪਾਲ ਸਿੰਘ ਜੀ ਹੋਣਾ ਨੇ ਐਸੋਸੀਏਸ਼ਨ ਨਾਲ ਸਾਰੀ ਮੀਟਿੰਗ ਕੀਤੀ ਗਈ ਆ ਜਿਹੜੇ ਇਹ ਮੰਜੇ ਲਾਉਂਦੇ ਸੀ ਇਹ ਕਾਫੀ ਚਿਰ ਤੋਂ ਲਾ ਕੇ ਤੇ ਉਹਨਾਂ ਦੀਆਂ ਦੁਕਾਨਾਂ ਦੇ ਅੱਗੇ ਮੰਜੇ ਲਾ ਲੈਂਦੇ ਸੀ ਹਰ ਐਤਵਾਰ ਨੂੰ ਇਹਨਾਂ ਨੂੰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਇਹਨਾਂ ਦੇ ਕੰਨ 'ਤੇ ਕੋਈ ਚੁੱਕ ਨਹੀਂ ਸਕਦੀ ਫਿਰ ਐਸੋਸੀਏਸ਼ਨ ਨੇ ਮੀਟਿੰਗ ਕੀਤੀ ਆ ਔਰ ਮੀਟਿੰਗ ਦੇ ਵਿੱਚ ਸੀਨੀਅਰ ਅਫਸਰਾਂ ਵੱਲੋਂ ਹੁਕਮ ਹੈ ਕਿ ਇਹਨਾਂ ਦਾ ਥੱਲਾ ਕਲੀਅਰ ਕਰਵਾਓ ਜੋ ਵੀ ਆ ਕੋਈ ਫੁੱਟਪਾਥ 'ਤੇ ਸੜਕ ਦੇ ਉੱਤੇ ਕੋਈ ਮੰਜਾ ਨਹੀਂ ਹੋਣਾ ਚਾਹੀਦਾ ਕਿਉਂਕਿ ਬਹੁਤ ਜ਼ਿਆਦਾ ਟ੍ਰੈਫਿਕ ਦੇ ਵਿਘਨ ਪੈਂਦਾ ਸੀ ਇਹਨਾਂ ਮੰਜਿਆਂ ਕਰਕੇ ਮਤਲਬ ਜਦੋਂ ਪੁਲਿਸ ਜਾਂਦੀ ਉਸ ਤੋਂ ਬਾਅਦ ਫਿਰ ਅੱਡੇ ਲਾ ਲੈਂਦੇ ਆ ਅਤੇ ਇਹ ਬਾਈਕ ਕਿਉਂ ਨਹੀਂ ਆਉਂਦੇ ਗੇ ਇਹਨਾਂ ਦੇ ਕਿਉਂ ਸਮਾਨ ਪੂਰਾ ਚੁੱਕਿਆ ਕਿਉਂ ਨਹੀਂ ਜਾਂਦਾ ਕਿਉਂ ਮੰਜੇ ਨਹੀਂ ਚੁੱਕੇ ਗਏ ਆ ਨਹੀਂ ਪੁਲਿਸ ਦੇ ਕੋਲ ਫਿਰ ਸਾਨੂੰ ਅਸੀਂ ਤਾਂ ਪ੍ਰੋਪਰ ਚੈਲੰਜ ਕੰਮ ਕਰਾਂਗੇ ਨਾ ਕਾਰਪੋਰੇਸ਼ਨ ਦਾ ਕੰਮ ਹੈ ਹੁਣ ਕਾਰਪੋਰੇਸ਼ਨ ਆਈ ਆ ਨਾਲ ਆਪਣਾ ਉਹ ਮੰਜੇ ਵਗੈਰਾ ਉਹਨਾਂ ਦੇ ਚੁੱਕੇ ਨੇ ਉਹਨਾਂ ਦੇ ਹੁਣ ਉਹ ਕਿਤੇ ਲਾਉਣਗੇ ਹੁਣ ਉਹਨਾਂ ਨੂੰ ਸਮਾਨ ਦਾ ਅਸੀਂ ਅਨਾਊਂਸਮੈਂਟ ਕਰ ਦੇਣੀ ਆਪਣਾ ਸਮਾਨ ਚੁੱਕ ਕੇ ਲੈ ਜਾਓ ਠੀਕ ਹੈ ਇਸ ਕਰਕੇ ਉਹ ਆਪਣਾ ਸਮਾਨ ਲੈ ਜਾਣਗੇ ਅੱਗੇ ਤੋਂ ਬਿਲਕੁਲ ਨਹੀਂ ਲੱਗਣ ਦਿੱਤਾ ਜਾਊਗਾ ਬਿਲਕੁਲ ਕਲੀਨ ਰੱਖਿਆ ਜਾਊਗਾ ਬਾਜ਼ਾਰ ਬਿਲਕੁਲ ਬਾਹਰੋਂ ਲੋਕ ਮੱਥਾ ਟੇਕਣਾਉਂਦੇ ਆ ਸ਼੍ਰੀ ਦਰਬਾਰ ਸਾਹਿਬ ਇਸ ਉੱਥੇ ਉਹ ਸੁੰਦਰ ਲੱਗੇ ਇੱਕ ਹੈਰੀਟੇਜ ਬਣਿਆ ਹੋਇਆ ਵਾ ਉਸ ਉਹਦਾ ਬਾਜ਼ਾਰ ਨੂੰ ਔਰ ਇਸ ਕਰਕੇ ਸਾਡਾ ਕੰਮ ਮਤਲਬ ਆ ਕਿ ਜਿਹੜੀ ਟ੍ਰੈਫਿਕ ਹੈ ਉਹ ਨਿਰਵਿਘਨ ਚੱਲਣੀ ਚਾਹੀਦੀ ਆ ਅਸੀਂ ਉਹਨੂੰ ਸੁਚਾਰੂ ਢੰਗ ਨਾਲ ਚਲਾਵਾਂਗੇ ਮਗਰ ਜੇ ਡੀ ਐੱਸ ਐੱਲ ਨੇ ਲੋਕਾਂ ਨੂੰ ਕੀ ਮੈਸੇਜ ਦਿਓਗੇ ਜੇ ਟ੍ਰੈਫਿਕ ਗਈਏ ਹੋਰ ਗੱਡੀਆਂ ਲੱਗਦੀਆਂ ਹਲਕੇ ਵਿੱਚ ਜੇ ਰਸਤੇ ਰੁਕਦੇ ਵਗੈਰਾ ਪੁਲਿਸ ਵਾਲੇ ਕਹਿੰਦੇ ਆ ਤਾਂ ਉਹ ਫਿਰ ਨਹੀਂ ਗੱਡੀਆਂ ਲਾ ਜਾਂਦੇ ਆ ਨਹੀਂ ਚਲੋ ਲੋਕਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਲੋਕਾਂ ਦਾ ਵੀ ਫਰਜ਼ ਆ ਜੇ ਲੋਕ ਆਪਣਾ ਫਰਜ਼ ਸਮਝਦੇ ਆ ਨਾ ਤੇ ਅਧਿਕਾਰ ਸਮਝਦੇ ਆ ਤੇ ਫਰਜ਼ ਵੀ ਪਛਾਣਨਾ ਚਾਹੀਦਾ ਮੇਰੀ ਬੇਨਤੀ ਆ ਉਹਨਾਂ ਨੂੰ ਕਿ ਜਿਹੜੀ ਵੀ ਉਹਨਾਂ ਦੀ ਦੁਕਾਨ ਆ ਘੱਟ ਤੋਂ ਘੱਟ ਆਪਣੇ ਸਕੂਟਰ ਮੋਟਰਸਾਈਕਲ ਲਿਆਣ ਕੇ ਲਾਓ ਕਿ ਤੁਹਾਡਾ ਕੋਈ ਕਸਟਮਰ ਹੈ ਜਿਹੜਾ ਤੁਹਾਡੇ ਦਰਵਾਜ਼ੇ ਵਾਲੀ ਗੱਡੀ ਲਾ ਕੇ ਤੇ ਤੁਹਾਡੇ ਕੋਲ ਕਿਤੇ ਵਿਰੋਧ ਕਰ ਸਕੇ ਆਪਣੀਆਂ ਗੱਡੀਆਂ ਜ਼ਿਆਦਾ ਲਾ ਲੈਂਦੇ ਨੇ ਉਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਸਕੂਟਰ ਮੋਟਰਸਾਈਕਲ ਜਿੰਨੇ ਵੀ ਘੱਟ ਤੋਂ ਘੱਟ ਉਹ ਲਾਉਣਗੇ ਉਹ ਤੋਂ ਜਨਸਰ ਉਹਨਾਂ ਨੂੰ ਹੀ ਫਾਇਦਾ ਵਾ ਜਿਹੜੀ ਵੀ ਉਹਨਾਂ ਨੂੰ ਜੈਲੋ ਲਾਈਨ ਦਿੱਤੀ ਹੋਈ ਆ ਗੱਡੀਆਂ ਟੱਕਰ ਨੂੰ ਉਹ ਜੈਲੋ ਲਾਈਨ ਦੇ ਅੰਦਰ ਗੱਡੀਆਂ ਉਹ ਟੱਕਰਗੇ ਸਾਰੇ ਬਿਨਾਂ ਬਾਅਦ ਦੋ ਹਿੱਸੇ ਥਾਂ ਵੱਜਦਾ ਵਾ ਉਹਦੇ ਥਾਲੀ ਟ੍ਰੈਫਿਕ ਜਿਹੜੀ ਉਹਦੇ ਵੀ ਕਿ ਚਲਾਵਾਂਗੇ ਚੱਲਦੀ ਰਹੂਗੀ ਮਾਨਯੋਗ ਸੀਨੀਅਰ ਅਫਸਰਾਂ ਦਾ ਹੁਕਮ ਹੈ ਇਹ ਡੀ ਸੀ ਸਾਹਿਬ ਦਾ ਹੁਕਮ ਹੈ ਟ੍ਰੈਫਿਕ ਵਾਲਿਆਂ ਦਾ ਅਸੀਂ ਉਹਦੇ 'ਤੇ ਪੂਰਾ ਜ਼ੋਰ ਲਾ ਰਹੇ ਹਾਂ ਜਿਹੜੇ ਲੋਕਾਂ ਨੇ ਪੂਰੇ ਅੱਡੇ ਬਣਾ ਕੇ ਰੱਖੇ ਹੋਏ ਉਹ ਸਭ ਚੁਕਾ ਦੇਣੇ ਅੱਜ ਵੀ ਬਹੁਤ ਵਧੀਆ ਕੰਮ ਕੀਤਾ ਗਾ ਜਿਵੇਂ ਜੇ ਸਭ ਕੁਝ ਚੁਕਾਇਆ ਅੱਜ ਜਿਵੇਂ ਜੇ ਹਰ ਰੋਜ਼ ਹੋਏਗਾ ਜਾਂ ਅੱਜ ਦਿਨ ਹੀ ਹੋਗਾ ਸੰਡੇ ਸੰਡੇ ਹੋਗਾ ਸੰਡੇ ਨਹੀਂ ਹੋਗਾ ਇਹ ਹਰ ਰੋਜ਼ ਹੋਗਾ ਜੇ ਹੁਣ ਅੱਜ ਇਹਨਾਂ ਦਾ ਕੰਮ ਹੋਇਆ ਵਾ ਕੱਲ੍ਹ ਨੂੰ ਦੁਕਾਨਦਾਰ ਜੇ ਵਧਾ ਕੇ ਲਾਉਣਗੇ ਤਾਂ ਉਹਨਾਂ ਦਾ ਵੀ ਚੁੱਕਿਆ ਜਾਊਗਾ ਉਹਨਾਂ ਨੂੰ ਵੀ ਆਉਣਾ ਹੁਣ ਕਾਰਪੋਰੇਸ਼ਨ ਸਾਡੇ ਨਾਲ ਅਟੈਚ ਕਰਦੀ ਆ ਅਸੀਂ ਡੇਲੀ ਦੀ ਡੇਲੀ ਇਹ ਫੇਰਾ ਲਾਵਾਂਗੇ ਡੇਲੀ ਫੇਰਾ ਲੱਗੂਗਾ ਫਿਰ ਹੀ ਸਮਾਨ ਚੁੱਕੂਗਾ ਇਹ ਔਰ ਬੇਨਤੀ ਕਰਾਂਗੇ ਉਹਨਾਂ ਨੂੰ ਪਹਿਲਾਂ ਦੁਕਾਨਦਾਰ ਨੂੰ ਕਿ ਤੁਸੀਂ ਵੀ ਆਪਣੇ ਦੁਕਾਨ ਦੇ ਅੰਦਰ ਲਾਓ ਠੀਕ ਹੈ ਉਹਨਾਂ ਨੂੰ ਇੱਕ ਵਾਰ ਅਨਾਊਂਸਮੈਂਟ ਕਰੂੰਗਾ ਮੈਂ ਫਿਰ ਵੀ ਆਪਣਾ ਸਮਾਨ ਲਓ ਇੱਕ ਦਾ ਨੁਕਸਾਨ ਨਹੀਂ ਕਰਕੇ ਰਾਜੀ ਨਾ ਹੀ ਕਰਾਂਗੇ ਫਿਰ ਜੇ ਨਾ ਵਾਰ ਵਾਰ ਘੁਆਟੂਗਾ ਤਾਂ ਫਿਰ ਉਹਦੇ 'ਤੇ ਜੋ ਕਾਨੂੰਨੀ ਕਾਰਵਾਈ ਬਣਦੀ ਆ ਮਾਨਯੋਗ ਅਫਸਰਾਂ ਦੇ ਧਿਆਨ 'ਚ ਰੱਖ ਸਕਦੇ ਹਾਂ ਠੀਕ ਹੈ ਧੰਨਵਾਦ ਕੀ ਅਜੇ ਅੱਡਾ ਲਓ ਹਰ ਸੰਡੇ ਲੱਗਦਾ ਹੈ ਮਗਰ ਅੱਜ ਬਹੁਤ ਹੀ ਕੰਮ ਕੀਤਾ ਸੀ ਜਿਹੜਾ ਚੁਕਾਇਆ ਗਿਆ ਦੁਕਾਨ ਦੇ ਅੰਦਰ ਲਾਉਣਾ ਵਾ ਆਪਣੀ ਦੁਕਾਨ ਦੇ ਅੰਦਰ ਸਮਾਨ ਸੇਲ ਕਰੋ ਬਾਹਰ ਕੋਈ ਫੁੱਟਪਾਥ ਤੇ ਜਾਂ ਹੋਰ ਕਿਸੇ ਦੇ ਥਾਂ ਨਹੀਂ ਮਿਲਣਾ ਚੁਕਾਰੀ ਸਾਰਾ ਸਮਾਨ ਅੰਦਰ ਕਰੋ ਆਹ ਫਰਾਂ ਦੇ ਮੁੰਡੇ ਦਾ ਦੁਕਾਨ ਦਾ ਉੱਥੇ ਹਿਸਾਬ ਲਾਓ ਲਓ ਕੋਈ ਨਹੀਂ ਰਹਿ ਆਹ ਪਿੱਛੇ ਵਾਲਾ ਨਹੀਂ ਨਹੀਂ ਰਹਿ ਚਲੋ
ਸਮਾਨ ਆਪਣਾ ਦੁਕਾਨ ਦੇ ਉੱਤੇ ਰੱਖੋ, ਅਗਲੇ ਪਾਸੇ ਜਿਹੜਾ ਤੁਹਾਨੂੰ ਮੋਟਰਸਾਈਕਲ ਰੱਖੋ ਨੂੰ ਜਿੰਨੀ ਜਗ੍ਹਾ ਦਿੰਦੀ ਤੁਹਾਡੀ ਜਗ੍ਹਾ ਆਪਣਾ ਮੋਟਰਸਾਈਕਲ ਰੱਖੋ, ਬਾਕੀ ਸੜਕ ਨੂੰ ਬਿਲਕੁਲ ਨਿਰਵਿਘਨ ਜਿਹੜੀ ਆ ਆਵਾਜਾਈ ਨੂੰ ਚਲਾ ਦਿੱਤਾ ਜਾਵੇ, ਅਸੀਂ ਜ਼ਮੀਨ ਚ ਵਿਘਨ ਨਹੀਂ ਪੈਣਾ ਚਾਹੀਦਾ। ਦੇਖੋ ਜੀ ਜਿਹੜੇ ਗੁਜਰਾਤੀ ਕਹਿ ਰਹੇ ਆ, ਬਾਕੀ ਉਹ ਮੰਜੇ ਚੁਕਣਾ ਉਹ ਘਰ ਵੇਚਣ ਵਾਲੇ, ਉਹ ਕਹਿ ਰਹੇ ਆ ਪੁਲਿਸ ਵਾਲੇ ਵੀ ਲੱਗੇ ਹੋਏ ਵਗੈਰਾ ਡਿਊਟੀ ਏ। ਵਗੈਰਾ ਦੇਖੋ ਜੀ ਮੰਜੇ ਲੱਗ ਜੀ ਚੁੱਕਣ ਦੇ ਰਹੇ, ਵਗੈਰਾ ਅਫਸਰ ਵੀ ਲੱਗੇ ਹੋਏ ਆ, ਵਗੈਰਾ ਇਹਨਾਂ ਦੇਖੋ ਜੀ ਵਗੈਰਾ ਦੇ ਦੇਵੇ ਉਹ ਇੱਧਰ ਮੂੰਗਾਰ ਯਾਰ, ਹੈਲੋ ਇੱਧਰ ਮੂੰਗਾਰ ਕੋਈ ਕਿੰਨੇ ਬੋਰੇ ਲੱਗੇ ਵਗੈਰਾ ਵੇਚ ਪਏ ਬੋਰੀ ਚੁੱਕੇ ਲੈ ਚੱਲੇ ਮੰਜੇ ਇਹ ਬਿਨਾ ਮਤਲਬ ਤੋਂ ਲਾਈਆਂ ਹੋਈਆਂ ਫੜੀਆਂ ਵਾ ਇਹ ਜਿਹਨਾਂ ਨੇ ਸਰ, ਜਿਵੇਂ ਇਸ ਕਰਕੇ ਕਾਰਪੋਰੇਸ਼ਨ ਆ ਗਈ ਆ ਸਫਾਈ ਕਰਾ ਰਹੀ ਆ ਸਰ, ਜਿਵੇਂ ਹਾਲਗੇ ਵਿੱਚ ਲੱਗੇ ਗੁਜਰਾਤੀਆਂ ਨੇ ਮੰਜੇ ਲਾਏ ਹੋਏ ਆ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਪੰਚਾਇਤ ਲਾ ਕੇ ਮੱਲਾ ਮਾਰੀਆਂ ਹੋਈਆਂ ਸੀ ਇਹਨਾਂ ਨੇ, ਕਾਰਪੋਰੇਸ਼ਨ ਆਈ ਆ ਆਪਣੇ ਕੰਮ ਕਰ ਰਹੀ ਆ, ਅਸੀਂ ਕਰਕੇ ਤੁਹਾਨੂੰ ਬਾਅਦ ਵਿੱਚ ਦੇਵਾਂਗੇ, ਤੁਸੀਂ ਨਾਲ ਆਓ ਤੁਹਾਡੇ ਆ ਦੇਖੋ ਜਿਵੇਂ ਹੁਣ ਮੰਜੇ ਜਿਵੇਂ ਜੇਨ ਤੋਂ ਵੀ ਨਾ ਕਰਦੇ ਪਏ ਆ, ਟੁਕੜੇ ਪੈਣੇ ਆ ਹੈਲੋ ਅੱਜ ਕਾ
ਦੇਖੋ ਸਾਹਿਬ ਜੀ ਇੰਨਾ ਪੈਸਾ ਲਾ ਕੇ ਆ ਬਣਾਇਆ ਸਾਰਾ ਲੰਦਾ ਵੀ ਹਰਵਾਤਾ ਨਾਲੇ ਲਵਾਓ ਗਾਹ ਲੈ ਜਾਓ ਯਾਰ ਇੱਕ ਮਿੰਟ ਸਰ ਜਿਵੇਂ ਹਾਲ ਜਿਹੜੀ ਵਿੱਚ ਜੋ ਕੋਈ ਉਹਨੇ ਫਲੀਆਂ ਲਾਈਆਂ ਹੋਈਆਂ ਵਗੈਰਾ ਮੰਜੇ ਡਾਏ ਆ ਚੁੱਕੇ ਗਏ ਆ ਜੋ ਐਸ ਪੀ ਸਾਹਿਬ ਨੇ ਕਿਹਾ ਕਿ ਸਾਰਾ ਕੁਝ ਚੁਕਾਇਆ ਜਾਏਗਾ ਇੱਥੇ ਕੋਈ ਵੀ ਨਹੀਂ ਇੱਥੇ ਫਲੀ ਲੱਗੇਗੀ ਸਾਰੇ ਕਾਰਪੋਰੇਸ਼ਨ ਦੇ ਸਾਰੇ ਜਿਹੜੇ ਅਧਿਕਾਰੀ ਨੇ ਉਹ ਕਾਰਪੋਰੇਸ਼ਨ ਦੇ ਅਧਿਕਾਰੀ ਹੈ ਨਾਲ ਅਸੀਂ ਸਿਕਿਉਰਿਟੀ ਦੇ ਤੌਰ 'ਤੇ ਆਏ ਹਾਂ ਉਹ ਸਾਰੇ ਨਾਲ ਆ ਸਾਰਾ ਕੁਛ ਹਰ ਰੋਜ਼ ਹੀ ਇਹ ਐਕਸ਼ਨ ਹੋਇਆ ਕਰੇਗਾ ਫੁੱਟਪਾਥ ਸਾਰੇ ਜਿਹੜੇ ਆ ਕਾਰਪੋਰੇਸ਼ਨ ਵਾਲੇ ਆ ਉਹ ਖਾਲੀ ਕਰਾਉਣਗੇ ਫੁੱਟਪਾਥ ਵੀ ਖਾਲੀ ਕਰਾਉਣਗੇ ਤਾਂ ਕਿ ਲੋਕਾਂ ਨੂੰ ਜਿਹੜਾ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਮੁਸ਼ਕਲ ਪੇਸ਼ ਨਾ ਆਵੇ ਟ੍ਰੈਫਿਕ ਦੇ ਵਿੱਚ ਅਤੇ ਆਮ ਜਨਤਾ ਨੂੰ ਵੀ ਅਪੀਲ ਆ ਅਤੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਜਾਂਦੀ ਆ ਕਿ ਕੋਈ ਵੀ ਜਿਹੜਾ ਫੁੱਟਪਾਥ ਆ ਖਾਲੀ ਕਰਨ ਫੁੱਟਪਾਥ ਉੱਤੇ ਕੋਈ ਸਮਾਨ ਨਾ ਲਾਉਣ ਨਹੀਂ ਤਾਂ ਕਾਰਪੋਰੇਸ਼ਨ ਦੇ ਜਿਹੜੇ ਆ ਹਰ ਰੋਜ਼ ਅਧਿਕਾਰੀ ਨਾਲ ਪੁਲਿਸ ਦੀ ਸਹਾਇਤਾ ਦੇ ਨਾਲ ਇਹ ਖਾਲੀ ਕਰਾਏ ਜਾਣਗੇ ਇਹ ਘੱਟੋ ਘੱਟ ਮਹੀਨਾ ਹੋ ਗਿਆ ਦੁਕਾਨਾਂ ਵਾਲੇ ਬਾਹਰ ਵੀ ਫਲੀਆਂ ਲਾ ਲੈਂਦੇ ਆ ਕਈ ਦੁਕਾਨਾਂ ਵਾਲੇ ਆਪ ਖੁਦ ਲਵਾਉਂਦੇ ਆ ਪੈਸਾ ਲੈਂਦੇ ਆ ਕਿ ਤੁਸੀਂ ਅੱਡਾ ਲਓ ਹਰ ਸੰਡੇ ਲੱਗਦਾ ਹੈ ਮਗਰ ਅੱਜ ਬਹੁਤ ਵਧੀਆ ਕੰਮ ਕੀਤਾ ਸੀ ਜਿਹੜਾ ਚੁਕਾਇਆ ਗਿਆ ਉਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਜਿਹੜੇ ਕਾਰਪੋਰੇਸ਼ਨ ਦੇ ਅਫਸਰ ਆ ਨਾਲ ਪੁਲਿਸ ਦੀ ਸਹਾਇਤਾ ਦੇ ਨਾਲ ਖਾਲੀ ਕਰਵਾ ਰਹੇ ਆ ਅੱਗੇ ਵੀ ਹਰ ਰੋਜ਼ ਇਹ ਐਕਸ਼ਨ ਹੁੰਦਾ ਰਹੇਗਾ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਜਿਵੇਂ ਚਾਰ ਸਾਲ ਸਾਰੇ ਲੱਗੇ ਹੋਏ ਨੇ ਵਗੈਰਾ ਕਾਰਪੋਰੇਸ਼ਨ ਵਾਲੇ ਸਮਾਨ ਚੁੱਕਦੇ ਪਏ ਆ ਜਿਨ੍ਹਾਂ ਨੇ ਫੜੀਆਂ ਲਾਈਆਂ ਹੋਈਆਂ ਦੁਕਾਨ ਫੁੱਟਪਾਥ 'ਤੇ ਲਾਈਆਂ ਸਾਰਾ ਸਮਾਨ ਚੁਕਾਇਆ ਜਾ ਰਿਹਾ ਵਗੈਰਾ ਐਸ ਐਸ ਪੀ ਦੇ ਜਿਹੜੇ ਹੈਗੇ ਆ ਪਾਲ ਸਾਹਿਬ ਉਹਨਾਂ ਨੇ ਕਿਹਾ ਕਿ ਆਪਣੇ ਜਿਹੜੇ ਹੈਗੇ ਆ ਫੁੱਟਪਾਥ ਖਾਲੀ ਕਰਾਏ ਜਾਣ ਵਗੈਰਾ ਫੁੱਟਪਾਥ ਖਾਲੀ ਕਰਾਏ ਜਾ ਰਹੇ ਨੇ ਅਤੇ ਖੁਦ ਵੇਖਦੇ ਪਏ ਹੋ ਉਹ ਸਾਹਮਣੇ ਜਾਓ ਸਾਹਮਣੇ ਉਹ ਗਿਆ ਨਿਕਮਤ ਹੋ ਗਿਆ ਫੁੱਟਪਾਥ ਕਰੋ ਜੀ ਵੇਖਦੇ ਪਏ ਉਹ ਫੁੱਟਪਾਥ 'ਤੇ ਇਹਨਾਂ ਨੇ ਲਿਖਾਇਆ ਸਭ ਕੁਛ ਸਮਾਨ ਲਗਾਇਆ ਹੋਇਆ ਵਗੈਰਾ ਵੀ ਦੇਖਦੇ ਪਏ ਮੇਰੀ ਆ ਮੈਂ ਉਹ